ਸਾਰੇ ਡੀਸੀਜ਼ ਨਾਲ, ਡਿਪਟੀ ਕਮਿਸ਼ਨਰਸ ਨਾਲ ਹੋਈ। ਮੇਨ ਏਜੰਡਾ ਜਿਹੜਾ ਸੀਗਾ ਉਹ ਲੋਕ ਪੱਖੀ ਫੈਸਲੇ, ਲੋਕ ਪੱਖੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ, ਤੇ ਉਹਨਾਂ ਦਾ ਜਿਹੜਾ ਕਿੰਨੇ ਪਰਸੈਂਟ ਕੰਮ ਹੋ ਗਿਆ, ਕਿੰਨੇ ਰਹਿੰਦੇ ਨੇ ਹਰ ਡਿਪਾਰਟਮੈਂਟ ਦੇ ਲਗਭਗ, ਉਹ ਪੁੱਛਣ ਬਾਰੇ ਡੀਸੀਜ਼ ਤੋਂ ਉਹਦੀ ਰਿਵਿਊ ਰਿਪੋਰਟ ਲੈਣ ਬਾਰੇ ਸੀਗਾ, ਜਿਹਦੇ ਵਿੱਚ ਪਰਾਲੀ ਤੋਂ ਲੈ ਕੇ, ਕਿਉਂਕਿ ਹੁਣੇ ਸੋਚਾਂਗੇ ਪਰਾਲੀ ਬਾਰੇ, ਹਾਲਾਂਕਿ ਅਕਤੂਬਰ 'ਚ ਸਟਬਲ ਬਰਨਿੰਗ ਦੀ ਜਿਹੜੀ ਹੈ ਉਹ ਪ੍ਰੋਬਲਮ ਆਉਂਦੀ ਹੈ, ਪਰ ਜੇ ਅਸੀਂ ਹੁਣੇ ਤੋਂ ਸੋਚਾਂਗੇ ਤਾਂ ਅਸੀਂ ਲਾਗੂ ਕਰ ਸਕਾਂਗੇ। ਉਹਦੇ ਬਾਰੇ ਡਿਟੇਲ 'ਚ ਵੱਖ ਵੱਖ ਡੀਸੀਆਂ ਤੋਂ ਸੁਝਾਅ ਮੰਗੇ ਗਏ। ਨਾਲ ਡੋਰ ਸਟੈਪ ਡਿਲੀਵਰੀ ਆਫ ਸਰਵਿਸਿਸ 1076 ਨੰਬਰ ਜਿਹੜਾ, ਜਿਹਦੇ 'ਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗ ਗਏ। ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ, ਕੋਈ ਸਰਟੀਫਿਕੇਟ ਚਾਹੀਦਾ ਫੋਨ ਕਰੋ, ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ, ਬੰਦਾ ਤੁਹਾਡੇ ਘਰੇ ਆਊਗਾ, ਡਾਕੂਮੈਂਟ ਲੈ ਜਾਊਗਾ ਅਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ। ਬਹੁਤ ਜ਼ਿਆਦਾ ਵਧੀਆ, ਲੋਕਾਂ ਵੱਲੋਂ ਇਹਨੂੰ ਸਰਾਹਿਆ ਜਾ ਰਿਹਾ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਨਹੀਂ ਜਾ ਸਕਦੇ ਸ਼ਹਿਰ, ਜਾਂ ਤਾਂ ਬਜ਼ੁਰਗ ਨੇ, ਜਾਂ ਕੋਈ ਵਹੀਕਲ ਨਹੀਂ, ਜਾਂ ਕੋਈ ਸਾਧਨ ਨਹੀਂ, ਜਾਂ ਸਹਾਰਾ ਨਹੀਂ, ਜਾਂ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਦੇ ਬੱਚੇ ਕਿਤੇ ਸ਼ਹਿਰ 'ਚ ਰਹਿੰਦੇ ਨੇ, ਆਪ ਉਹ ਪਿੰਡ 'ਚ ਰਹਿੰਦੇ ਨੇ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਪ੍ਰੋਬਲਮ ਸੀ ਉਹ ਵੀ ਹੱਲ ਹੋ ਜਾਣਗੀਆਂ। ਸਰਕਾਰ ਤੁਹਾਡੇ ਦੁਆਰ, ਇਹਦੇ ਵਿੱਚ ਵੀ ਬਹੁਤ ਸਾਰੀਆਂ ਡਿਲੀਵਰੀਜ਼ ਐਸੀਆਂ ਨੇ ਜਿਹਦੇ ਵਿੱਚ ਜਿਵੇਂ ਅਸੀਂ, ਮੈਂ ਕਹਿੰਦਾ ਹੁੰਦਾ ਕਿ ਵੋਟਾਂ ਮੰਗਣ ਅਸੀਂ ਘਰ ਘਰ ਜਾਂਦੇ ਹਾਂ, ਪਰ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਬੁਲਾਉਂਦੇ ਹਾਂ। ਸੋ ਬਹੁਤ ਸਾਰੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਉਹਨੂੰ ਡੀਸੀ ਦਫ਼ਤਰ ਤੱਕ ਵੀ ਨਾ ਜਾਣਾ ਪਵੇ, ਤਹਿਸੀਲ ਅਫਸਰ ਤੱਕ ਵੀ ਨਾ ਜਾਣਾ ਪਵੇ। ਹਾਂ, ਜਿਹੜੇ ਕੰਮ ਇਹੋ ਜਿਹੇ ਜਿੱਥੇ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਜ਼ਰੂਰੀ ਹੈ, ਜਿਵੇਂ ਰਜਿਸਟਰੀ ਹੈ, ਰਜਿਸਟਰੀ ਵਾਸਤੇ ਤਹਿਸੀਲਦਾਰ ਨਾਲ ਫੋਟੋ ਹੁੰਦੀ ਹੈ, ਉਹ ਉੱਥੇ ਆਉਣਾ ਜ਼ਰੂਰੀ ਹੈ। ਪਰ ਉਹਦੇ ਵਾਸਤੇ ਵੀ ਅਸੀਂ ਅੱਜ ਡੀਸੀਜ਼ ਨੂੰ ਕਿਹਾ ਕਿ 10-10 ਪਿੰਡਾਂ ਦਾ, 5-5 ਪਿੰਡਾਂ ਦਾ ਇੱਕ ਪੂਲ ਬਣਾ ਕੇ ਅਨਾਊਂਸਮੈਂਟ ਕਰਕੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਜਾਂ ਵੈਸੇ, ਕਿ 5 ਪਿੰਡਾਂ ਦੀਆਂ ਰਜਿਸਟਰੀਆਂ ਭਾਈ ਫਲਾਣੇ ਪਿੰਡ ਦੇ ਬੋਰਡ ਥੱਲੇ ਹੋਣਗੀਆਂ, ਜਿਵੇਂ ਕਿ ਪਹਿਲਾਂ ਹੁੰਦੀਆਂ ਸੀ। ਸੋ ਉਹ ਵੀ ਅਸੀਂ ਹੋਰ ਦੁਆਰ ਨੇੜੇ ਕਰ ਰਹੇ ਹਾਂ, ਸਰਕਾਰ ਹੋਰ ਨੇੜੇ ਕਰੂਗੀ ਉਹਨਾਂ ਦੀ ਰਜਿਸਟਰੀਆਂ ਦਾ ਜਿਹੜਾ ਟਵਾ। ਸਭ ਤੋਂ ਵੱਡਾ ਕੰਮ ਹੈ ਨਹਿਰੀ ਪਾਣੀ, ਬਹੁਤ ਵੱਡੇ ਪੱਧਰ 'ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ 'ਚ ਪਹੁੰਚਾਉਣ ਦਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ, ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ, ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ, ਨਵੇਂ ਕੱਸੀਆਂ, ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ, ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ। ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਅਤੇ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੱਕ ਪਹੁੰਚਾਉਣਾ। ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ, ਪਰ ਸਾਡੇ ਪਾਣੀ ਹੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ, ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲੋਂ ਲੈ ਕੇ ਜਾ ਰਹੇ ਹਾਂ, ਇਹ ਸਾਡਾ ਇੱਕ ਮਿਸ਼ਨ ਹੈ। ਔਰ ਮੁਹੱਲਾ ਕਲੀਨਿਕ, 150 ਮੁਹੱਲਾ ਕਲੀਨਿਕ ਤਿਆਰ ਨੇ, ਹੋਰ 664 ਮੁਹੱਲਾ ਕਲੀਨਿਕ ਇਸ ਵਕਤ ਚੱਲ ਰਹੇ ਨੇ। 98 ਲੱਖ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਾ ਕੇ ਉਹਦੀ ਸੁਵਿਧਾ ਲੈ ਚੁੱਕੇ ਨੇ। 1-2 ਦਿਨਾਂ 'ਚ, ਹੋਰ 2-3 ਦਿਨਾਂ 'ਚ 1 ਕਰੋੜ ਦਾ ਅੰਕੜਾ ਹੋ ਜਾਊਗਾ। ਸੋ ਆਉਣ ਵਾਲੇ ਦਿਨਾਂ 'ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ
ਉਹ ਲੋਕਾਂ ਨੇ ਸਮਰਪਿਤ ਕੀਤੇ ਜਾਣਗੇ। ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ, ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਕੋਈ ਵੀ ਮਰੀਜ਼ ਜਾਊਗਾ, ਕੋਈ ਵੀ ਬਿਮਾਰੀ ਹੋਵੇ, ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ 'ਚੋਂ ਹੀ ਮਿਲੂਗੀ। ਦੁਬਾਰਾ ਫਿਰ ਦੱਸ ਦਿੰਦਾ, ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ 'ਚ, ਇਹ CMO ਦੀ SMO ਦੀ ਡਿਊਟੀ ਲਾਤੀ, ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ 'ਚੋਂ ਦੇਣੀ ਹੈ। ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ CMO ਆਪਦਾ ਬਾਹਰ, ਡਾਕਟਰ ਖਰੀਦ ਕੇ ਲੈ ਕੇ ਆਊਗਾ, ਮਰੀਜ਼ ਬਾਹਰ ਨਹੀਂ ਜਾਊਗਾ। ਆਮ ਤੌਰ 'ਤੇ ਕੀ ਹੁੰਦਾ ਸੀ, ਲਿਖ ਦਿੰਦੇ ਸਾਰੀਆਂ ਦਵਾਈਆਂ ਬਾਹਰਲੀਆਂ, ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ। ਸੋ ਹਾਂਜੀ, ਕੀ ਜੇ ਡਾਕਟਰ ਜੇ ਉਹ ਦਵਾਈ ਹਸਪਤਾਲ 'ਚ ਹੈ ਨਹੀਂ ਤਾਂ ਡਾਕਟਰ ਲੈ ਕੇ ਆਊਗਾ ਬਾਹਰੋਂ, ਪਰ ਮਰੀਜ਼ ਨਹੀਂ ਬਾਹਰ ਜਾਊਗਾ, ਉਹਦਾ ਇਲਾਜ ਉੱਥੇ ਹੋਊਗਾ। ਫਿਰ ਉਹ ਸਾਨੂੰ ਲਿਖ ਕੇ ਦੇਊਗਾ ਡਿਪਾਰਟਮੈਂਟ ਨੂੰ ਕਿ ਮੇਰੇ ਕੋਲ ਆਹ ਦਵਾਈ ਘੱਟ ਹੈ ਜਾਂ ਮੇਰੇ ਕੋਲ ਇਸ ਬਿਮਾਰੀ ਦੇ ਮਰੀਜ਼ ਜ਼ਿਆਦਾ ਆ ਰਹੇ ਨੇ, ਮੈਨੂੰ ਆਹ ਦਵਾਈ ਚਾਹੀਦੀ ਹੈ। ਸਰਕਾਰ ਉਹਨੂੰ ਫਿਰ ਉਹ ਅਗਲੀ ਵਾਰ ਬਾਹਰ ਵੀ ਜਾਣ ਦੀ ਲੋੜ ਨਹੀਂ ਪਊਗੀ, ਉਹ ਪ੍ਰੋਵਾਈਡ ਕਰਵਾ ਦੇਊਗੀ। ਇਸ ਤੋਂ ਇਲਾਵਾ ਸਕੂਲ ਐਜੂਕੇਸ਼ਨ ਦੇ ਵਿੱਚ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਔਰ 19,120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ, ਇਸ ਵਕਤ 31 ਮਾਰਚ ਤੋਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ, ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ, ਕੋਈ ਵੀ ਸਰਕਾਰੀ ਸਕੂਲ ਬਿਨਾਂ ਬਾਉਂਡਰੀ ਵਾਲ ਤੋਂ, ਬਿਨਾਂ ਬੋਆਇਜ਼ ਜਾਂ ਗਰਲਜ਼ ਦੇ, ਬੜੇ ਸਾਫ਼ ਸੁਥਰੇ ਬਾਥਰੂਮਸ ਤੋਂ ਜਾਂ ਬਿਨਾਂ ਚੌਕੀਦਾਰ ਤੋਂ, ਬਿਨਾਂ ਜਿਹੜਾ ਸਟੇਟ ਮੈਨੇਜਰ ਕਹਿੰਦੇ ਹਾਂ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ, ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰਾਖੀ ਕਰਨੀ ਹੈ ਕਿ ਉੱਥੇ ਬਾਅਦ 'ਚ ਕੌਣ ਆਉਂਦਾ। ਕਈ ਸਕੂਲਾਂ ਦੀ ਸਾਨੂੰ ਸ਼ਿਕਾਇਤ ਆਈ ਹੈ ਕਿ ਉਹ ਨਸ਼ੇੜੀਆਂ ਦੇ ਅੱਡੇ ਬਣ ਗਏ, ਅਵਾਰਾਗਰਦ ਲੋਕ ਉੱਥੇ ਆਉਂਦੇ ਨੇ, ਉਹ ਬਾਥਰੂਮਾਂ ਦੇ ਵਿੱਚ ਕੁਛ ਅਸ਼ਲੀਲ ਕੁਛ ਲਿਖ ਜਾਂਦੇ ਨੇ। ਅਸੀਂ ਵਿੱਦਿਆ ਦੇ ਮੰਦਿਰ ਨੂੰ ਵਿੱਦਿਆ ਦਾ ਮੰਦਿਰ ਹੀ ਰਹਿਣ ਦੇਣਾ ਚਾਹੁੰਦੇ ਹਾਂ। ਸੋ ਬਾਅਦ 'ਚ ਵੀ ਸਕੂਲ ਦੀ ਰਾਖੀ ਕੀਤੀ ਜਾਊਗੀ ਕਿ ਉੱਥੇ ਕੌਣ ਆਉਂਦਾ ਹੈ। ਰਾਤ ਦੀਆਂ ਡਿਊਟੀਆਂ ਲੱਗਣਗੀਆਂ, ਸਾਬਕਾ ਫੌਜੀ ਵੀ ਉਹਦੇ 'ਚ, ਹੋਰ ਬਹੁਤ ਸਾਰੇ ਬੰਦੇ ਨੌਕਰੀਆਂ ਵੀ ਉਹਦੇ 'ਚ ਮਿਲਣਗੀਆਂ। ਸੋ ਸਕੂਲ ਐਜੂਕੇਸ਼ਨ ਬਾਰੇ ਡਿਟੇਲ ਦੇ ਵਿੱਚ ਗੱਲ ਹੋਈ ਹੈ ਔਰ ਬੜੀ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਜਿਹੜੇ ਬਦਲੇ ਹੋਏ ਰੰਗ ਨੇ ਉਹ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਅਤੇ ਸੜਕਾਂ ਦੇ ਮਾਮਲੇ 'ਚ ਬੜੇ ਸਖ਼ਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ਼ ਕਰ ਲਓ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ, ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਆ ਨਹੀਂ ਪੈਣਾ ਚਾਹੀਦਾ। ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ, ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਅਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨਾਲ ਤਾਂ ਟੋਲ ਹੀ ਠੀਕ ਸੀ। ਸੋ ਇਹ ਮਨੋਬਤ ਨਹੀਂ ਅਸੀਂ ਆਉਂਦੇ ਨਹੀਂ। ਸੋ PWD ਨੂੰ ਸਖ਼ਤ ਹਦਾਇਤਾਂ ਅਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜੀ ਜਿੱਥੇ ਉਹਨੂੰ ਆਉਂਦੀ ਹੈ ਤੁਹਾਡੇ ਧਿਆਨ 'ਚ ਆਉਂਦੀ ਹੈ ਤਾਂ ਉਹਨੂੰ ਬਿਲਕੁਲ ਠੀਕ ਕੀਤਾ ਜਾਵੇ। ਹਾਂ, ਪੰਚਾਇਤਾਂ ਦੇ ਜਿੰਨੇ ਪੈਸੇ ਪਏ ਨੇ ਸਾਰੇ ਖਰਚਣ ਲਈ ਅਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ 'ਤੇ ਕਿਹਾ ਗਿਆ ਜਿੰਨੇ ਨਰੇਗਾ ਦੇ ਜਾਂ ਜਿੰਨੇ ਵੀ ਤੁਹਾਡੇ ਕੋਲ ਵੱਖ ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ। ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ, ਬਾਅਦ 'ਚ ਉਹ ਪੈਸਾ ਲੈਪਸ ਹੋ ਗਿਆ, ਜਾਂ ਕੇਂਦਰ ਦੀ ਸਕੀਮ ਹੈ 40-60 ਦੀ ਜਾਂ 30-70 ਦੀ, ਬਾਅਦ 'ਚ ਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚਲਾ ਗਿਆ।
ਡਿਪਟੀ ਕਮਿਸ਼ਨਰ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ, ਘੰਟਾ ਭਾਵੇਂ ਵੱਧ ਲਾ ਲਓ ਦਫ਼ਤਰ 'ਚ, ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਪਿੰਡਾਂ ਦੇ ਵਿੱਚ ਜਿਹੜੇ ਪਿੰਡ 'ਚ ਕਿਸੇ 'ਚ RO ਫਿਲਟਰ ਵਾਟਰ ਚਾਹੀਦਾ, ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ, ਕਿਤੇ ਕੋਈ ਐਂਬੂਲੈਂਸ ਚਾਹੀਦੀ ਹੈ, ਬੱਸ ਅੱਡਾ ਚਾਹੀਦਾ, ਜੋ ਪਿੰਡ ਟੋਬਿਆਂ ਦਾ ਛੱਪੜਾਂ ਦਾ ਕੋਈ ਕੰਮ ਹੈ, ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ। ਪੈਸਾ ਪਿਆ ਖਰਚਣ ਦੀ ਹਦਾਇਤ ਦਿੱਤੀ ਹੋਈ ਅੱਜ ਅਸੀਂ, ਕਿਉਂਕਿ ਜਦੋਂ ਅਸੀਂ ਖਰਚ ਦਿੰਦੇ ਹਾਂ ਫਿਰ ਅਸੀਂ ਸੈਂਟਰ ਨੂੰ ਕਹਿੰਦੇ ਹਾਂ ਕਿ ਅਸੀਂ ਤਾਂ ਖਰਚ 'ਤੇ ਲਿਆਓ ਜੀ, ਹੋਰ ਦਿਓ, ਅਦਰਵਾਈਜ਼ ਉਹ ਕਹਿੰਦੇ ਤੁਹਾਡੇ ਕੋਲ ਪਹਿਲਾਂ ਵਾਲੇ ਪਏ ਨੇ ਜੀ, ਇਹ ਪਹਿਲਾਂ ਵਾਲੀਆਂ ਸਰਕਾਰਾਂ ਨੇ ਜਿਹੜੀਆਂ ਆਦਤਾਂ ਪਾਈਆਂ ਹੋਈਆਂ ਉਹ ਬਦਲਣੀਆਂ ਨੇ। ਅਤੇ ਨਾਲ ਨਾਲ ਮੈਂ ਸਾਰੀ ਡਿਟੇਲ ਮੇਰੇ ਕੋਲ ਇਕੱਲੇ ਇਕੱਲੇ ਜ਼ਿਲ੍ਹੇ ਦੀ ਇਹ ਬੁੱਕ ਦੇ ਵਿੱਚ ਮੇਰੇ ਕੋਲ ਹੈਗੀ ਹੈ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਕਿਹੜੀ ਪ੍ਰੋਗਰੈਸ ਹੋ ਰਹੀ ਹੈ, ਔਰ ਮੈਂ ਗੱਡੀ 'ਚ ਰੱਖਦਾ ਹਰ ਵਕਤ ਕਿ ਬਰਨਾਲੇ ਜ਼ਿਲ੍ਹੇ 'ਚ ਜਿਹੜਾ ਬਾਉਂਡਰੀ ਵਾਲ ਦਾ ਜਿਵੇਂ ਹੁਣੀ ਦੱਸਿਆ, ਬਾਉਂਡਰੀ ਵਾਲ ਕਿੰਨੇ ਪਰਸੈਂਟ, ਟੋਟਲ 6443 ਬਾਉਂਡਰੀ ਵਾਲ ਜਿਹੜੀਆਂ ਨੇ ਉਹਨਾਂ ਵਾਸਤੇ ਪੈਸਾ ਅਸੀਂ ਰਿਲੀਜ਼ ਕਰ ਚੁੱਕੇ ਹਾਂ, 68.4% ਹੋ ਗਈਆਂ। ਸੋ ਸਾਰੇ ਸਕੂਲ ਯਾਨੀ ਕਿ 19,120 ਸਕੂਲ ਜਿਹੜੇ ਨੇ 31 ਮਾਰਚ ਤੱਕ ਬਿਨਾਂ ਬਾਉਂਡਰੀ ਵਾਲ ਤੋਂ ਕੋਈ ਸਕੂਲ ਖੁੱਲ੍ਹਾ ਜਾਂ ਓਪਨ ਵਾਲਾ ਨਹੀਂ ਹੋਊਗਾ। ਸੋ ਹਰ ਚੀਜ਼ ਦੀ ਮੇਰੇ ਕੋਲ ਡਿਟੇਲ ਹੈ। ਆਹ ਦੇਖੋ, ਜਿਹੜਾ ਅਸੀਂ ਫਾਈਨੈਂਸ਼ੀਅਲ ਪਾਵਰਾਂ ਦਿੱਤੀਆਂ ਨੇ SMO ਨੂੰ ਜਾਂ ਸਿਵਲ ਸਰਜਨ ਨੂੰ ਕਿ ਉਹ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਹੈ, SMO 2.5 ਲੱਖ ਤੱਕ ਦੀਆਂ ਖਰੀਦ ਸਕਦਾ ਹੈ, ਤੇ ਜਿਹੜਾ DHS ਹੈ 20 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ। ਫਿਰ ਉਹ ਤੋਂ ਬਾਅਦ ਉਹ ਸਾਨੂੰ ਇਨਫੋਰਮ ਕਰੇ, ਅਸੀਂ ਉਹਨੂੰ ਦਵਾਈਆਂ ਦੇਵਾਂਗੇ, ਪੈਸੇ ਵੀ ਦੇਵਾਂਗੇ ਨਾਲ ਦੀ ਨਾਲ। ਐਕਸਰੇ ਮਸ਼ੀਨਾਂ ਹਰੇਕ ਹਸਪਤਾਲ 'ਚ ਤੇ ਅਲਟਰਾਸਾਊਂਡ, ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਂਝਾ ਨਾ ਰਹੇ ਕਿ ਉਹਦਾ ਟਾਈਮ 'ਤੇ ਐਕਸਰੇ ਨਹੀਂ ਹੋਇਆ, ਉਹਦਾ ਟਾਈਮ 'ਤੇ ਅਲਟਰਾਸਾਊਂਡ ਨਹੀਂ ਹੋਇਆ। ਜੇ ਕਿਸੇ ਹਸਪਤਾਲ 'ਚ ਜਾਂ ਕਿਸੇ ਇਸੇ ਏਰੀਏ 'ਚ ਹੈ ਨਹੀਂ, ਮਤਲਬ ਸਰਕਾਰੀ ਹਸਪਤਾਲ ਕੋਲ ਮਸ਼ੀਨ ਜਾਂ ਅਲਟਰਾਸਾਊਂਡ, ਤਾਂ ਅਸੀਂ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ। ਅਸੀਂ ਹਸਪੀਟਲ ਇੰਪੈਲਨ ਕਰਨ ਲੱਗੇ ਹਾਂ ਪ੍ਰਾਈਵੇਟ, ਮਰੀਜ਼ ਦਾ ਕੋਈ ਪੈਸਾ ਨਹੀਂ ਲੱਗੂਗਾ, ਉਹ ਐਕਸਰੇ ਲਿਆ ਕੇ ਅਲਟਰਾਸਾਊਂਡ ਲਿਆ ਕੇ ਇਲਾਜ ਉੱਥੇ ਸ਼ੁਰੂ ਕਰ ਦਾਂਗੇ, ਪਰ ਉਹਦਾ ਜਿਹੜਾ ਪੈਸਾ ਹੋਊਗਾ ਐਕਸਰੇ ਦਾ ਜਾਂ ਜਿਹੜੇ ਹਸਪਤਾਲ ਅਸੀਂ ਇੰਪੈਲਨ ਕਰਾਂਗੇ ਉਹ ਪੈਸਾ ਸਰਕਾਰ ਦੇਊਗੀ। ਸੋ ਹੈਲਥ ਅਤੇ ਐਜੂਕੇਸ਼ਨ ਦੇ ਮਾਮਲੇ 'ਚ ਕੋਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰ ਰਹੇ, ਔਰ ਨਾਲ ਨਾਲ ਕਿਉਂਕਿ ਆਪਾਂ ਕਹਿੰਦੇ ਨਾ ਬਹੁਤ ਵੱਡੀ ਪਾਵਰ ਹੁੰਦੀ ਹੈ, ਆਪਣੇ ਪੰਜਾਬੀ 'ਚ ਕਹਾਵਤ ਹੈ ਤੂੰ ਕਿਹੜਾ DC ਲੱਗਿਆ, ਇਹ ਸਹੀ ਕਹਾਵਤ ਹੈ। DC-ਆਂ ਕੋਲ ਬਹੁਤ ਪਾਵਰ ਹੁੰਦੀ ਹੈ, DC ਚੰਗੀ ਨੀਅਤ ਦਾ ਆ ਜਾਏ ਤਾਂ ਜ਼ਿਲ੍ਹੇ ਦੀ ਕਾਇਆ ਪਲਟ ਜਾਂਦੀ ਹੈ। ਸੋ ਅੱਜ DCs ਨੂੰ ਮੈਂ ਕਿਹਾ ਸੀ ਤੁਸੀਂ DC ਲੱਗੇ ਹੋਏ ਹੋ, ਇਸ ਕਰਕੇ ਕੋਈ ਕਮੀ ਨਹੀਂ ਹੋਣੀ ਚਾਹੀਦੀ। ਸੋ ਸਾਰੇ ਜਿੰਨੇ ਵੀ ਡਿਪਾਰਟਮੈਂਟ ਨੇ, ਕੋਈ ਜਿਵੇਂ ਕੱਸੀਆਂ ਸੂਇਆਂ ਦਾ ਕਿਤੇ ਫਾਜ਼ਿਲਕਾ 'ਚ ਕਿਤੇ ਕੋਈ ਝਗੜਾ ਹੈ, ਕੋਈ ਪੁਰਾਣਾ ਰਜਵਾ ਹੈ, ਕੋਈ ਪੁਰਾਣੇ ਇੰਤਕਾਲ ਪਏ ਨੇ, ਕੋਈ ਪਾਕਿਸਤਾਨ ਤੋਂ ਲਿਆ ਕੇ ਵੀ ਅਸੀਂ ਰਿਕਾਰਡ ਲਿਆਂਦਾ ਕਿ ਕਿੱਥੋਂ ਕਿੱਥੋਂ ਨਹਿਰਾਂ ਸੂਏ ਨਿਕਲ ਰਹੇ ਸੀ, ਤਾਂ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੋਵੇ ਕਿ ਅਸੀਂ ਕੋਈ ਫੋਰੈਸਟ ਨਾਲ ਸੰਬੰਧਿਤ ਕੇਸ ਨੇ, ਆਹ ਸਾਨੂੰ ਉਹਨਾਂ ਨੇ ਜਾਰੀ ਕੀਤੀਆਂ ਨੇ ਜੀ, ਦੇਖੋ ਕਿ ਸਾਡੇ ਕੋਲ ਕਿੰਨੇ ਕਿੰਨੇ ਅਸੀਂ ਦੁਬਾਰਾ ਖਾਲ ਜਿਹੜੇ ਨੇ ਉਹ ਬਣਾ ਰਹੇ ਹਾਂ, ਹੈ ਨਾ। ਪੈਂਡਿੰਗ ਕੰਮ ਜਿਹੜੇ ਮਨਰੇਗਾ ਨਾਲ ਨੇ, ਲੁਧਿਆਣੇ 'ਚ 17 ਨੇ, ਜਲੰਧਰ 'ਚ 6 ਨੇ। ਸੋ ਨਰੇਗਾ ਨੂੰ ਵੀ ਅਸੀਂ ਕਿਹਾ ਅਪਡੇਟ ਕਰੋ, ਗਰੀਬਾਂ ਨੂੰ ਕੰਮ ਵੀ ਮਿਲਦਾ ਅਤੇ ਇੱਥੇ ਪ੍ਰੋਗਰੈਸ ਵੀ ਹੁੰਦੀ ਹੈ। ਹਾਂ, ਆਹ ਬਹੁਤ ਵੱਡਾ ਹੈ ਕਿ ਨਰੇਗਾ ਦੇ ਪੈਸੇ ਦਾ
2021-22 ਚ 67.27 ਕਰੋੜ ਰੁਪਇਆ ਖਰਚਿਆ ਸੀ ਵਾਟਰ ਰਿਸੋਰਸਿਸ ਤੇ। 2022-23 ਚ 79.95, ਤੇ ਜਦੋਂ 2023-24 ਆ ਗਈ ਸਾਡੇ ਵਾਲੀ ਸਰਕਾਰ ਦਾ ਸਿੱਧਾ ਹੀ 277.24 ਕਰੋੜ, ਯਾਨੀ ਕਿ ਲਗਭਗ 280 ਕਰੋੜ ਫੰਡ ਅਸੀਂ ਵਰਤ ਲਿਆ। ਲੋਕਾਂ ਦਾ ਪੈਸਾ ਭਾਵੇਂ ਉਹ ਸੈਂਟਰ ਕੋਲੇ ਜਾਂਦਾ ਫੰਡ ਰਾਹੀਂ, GST ਰਾਹੀਂ ਸੈਂਟਰ ਵੀ ਦਿੰਦੇ ਆ, ਭਾਵੇਂ ਸਾਡੇ ਕੋਲੇ ਆਉਂਦਾ, ਉਹ ਪੈਸਾ ਵਰਤਣਾ ਲੋਕਾਂ ਰਾਹੀਂ। ਸੋ ਨਰੇਗਾ ਮਨਰੇਗਾ ਦੀਆਂ ਵੀ ਹਰ ਡਿਪਾਰਟਮੈਂਟ ਦੀ ਗੱਲ ਹੋਈ ਹੈ, ਬਾਅਦ ਚ ਤੁਹਾਨੂੰ ਇਹ ਸਾਰਾ ਪ੍ਰੋਵਾਈਡ ਕਰਾ ਦਾਂਗੇ। ਕਿ ਆਹ ਦੇਖੋ ਕਲੀਨਿੰਗ ਆਫ ਕਨਾਲ 75% ਕੰਮ ਹੋ ਗਿਆ। ਹੁਣ ਕੀ ਹੈ, ਜਦੋਂ ਅਪ੍ਰੈਲ ਦੇ ਵਿੱਚ ਕਣਕ ਆਜੂਗੀ ਤਾਂ ਸਾਡੇ ਕੋਲ 2 ਮਹੀਨੇ ਹੋਣਗੇ, 20 ਜੂਨ ਤੱਕ, ਅਪ੍ਰੈਲ 20 ਤੋਂ ਲਾ ਲਓ, ਚਲੋ 2 ਮਹੀਨੇ ਹੋਣਗੇ ਕੱਸੀਆਂ ਖਾਲਾਂ ਘੱਗਰ ਵਰਗੇ ਦਰਿਆਵਾਂ ਨੂੰ ਸਾਫ ਕਰਨ ਲਈ, ਕਿਉਂਕਿ ਉਸ ਵੇਲੇ ਕੁਝ ਫਸਲ ਨਹੀਂ ਹੁੰਦੀ। ਉਸ ਵੇਲੇ JCB ਬਾਹਰ ਵੀ ਚੱਲ ਸਕਦੀ ਹੈ, ਅੰਦਰ ਵੀ ਚੱਲ ਸਕਦੀ ਹੈ। ਜਦੋਂ ਹੜ੍ਹ ਆ ਜਾਂਦੇ ਨੇ ਅਸੀਂ ਉਦੋਂ JCBਾਂ ਲੱਭਦੇ ਫਿਰਦੇ ਹੁੰਦੇ ਹਾਂ, ਦੁਨੀਆ ਚੰਦ ਤੇ ਚਲੀ ਗਈ, ਅਸੀਂ ਬੋਰੀਆਂ ਦੇ ਬੰਨ ਲਾਈ ਜਾਂਦੇ ਹਜੇ ਤੱਕ। ਸੋ ਅੱਜ ਸਖ਼ਤ ਹਦਾਇਤਾਂ ਦਿੱਤੀਆਂ, ਬਜਟ ਪਹਿਲਾਂ ਹੀ ਜਾਰੀ ਕਰਤਾ ਸੀ ਕਿ ਘੱਗਰ ਨੂੰ ਜਾਂ ਜਿੰਨੀਆਂ ਵੀ ਕਲੀਨਿੰਗ ਆਫ ਕਨਾਲਸ 176 ਸੀਗੀਆਂ ਤੇ ਅਮਾਊਂਟ ਉਹਨਾਂ ਨੂੰ 11 ਕਰੋੜ 92 ਲੱਖ ਕਰਤੀ ਜਾਰੀ, 75% ਕੰਮ ਹੋ ਗਿਆ। ਲਾਈਨਿੰਗ ਆਫ ਕਨਾਲਸ 80% ਹੋ ਗਿਆ। ਸੋ 70-80% ਦੇ ਲਗਭਗ ਅਸੀਂ ਸਾਰੇ ਕੰਮ ਕਰ ਰਹੇ ਹਾਂ। ਹੁਣ ਫਰਵਰੀ ਮਾਰਚ ਹੋਰ ਫਾਸਟ ਹੋ ਜੂਗਾ। ਸੜਕਾਂ ਦੇ ਮਾਮਲੇ 'ਚ ਵੀ ਕਈ ਦੇਖੋ, 2 ਕੰਮ ਇਹੋ ਜਿਹੇ ਨੇ ਜਿਹੜੇ ਟਾਈਮ ਨਾਲ ਹੁੰਦੇ ਨੇ। ਸੜਕਾਂ ਜਿਹੜੀਆਂ ਨੇ ਉਹ ਜਨਵਰੀ ਫਰਵਰੀ 'ਚ ਬਣ ਨਹੀਂ ਸਕਦੀਆਂ, ਉਹ ਮਾਰਚ ਅਪ੍ਰੈਲ ਮਈ ਜੂਨ ਗਰਮੀ 'ਚ ਬਣਨੇ। ਉਦੋਂ ਤੱਕ ਉਹਨੂੰ ਪਤਾ ਹੀ ਨਹੀਂ ਹੁੰਦਾ ਡਿਪਾਰਟਮੈਂਟ ਨੂੰ ਕਿ ਸਾਨੂੰ ਬਜਟ ਕਿੰਨਾ ਹੋਊਗਾ ਸੜਕਾਂ 'ਤੇ। ਅਸੀਂ ਥੋੜ੍ਹਾ ਜਿਹਾ ਪਹਿਲਾਂ ਦੱਸ ਦਈਏ ਜੀ ਉਹਨਾਂ ਨੂੰ ਕਿ ਤੁਹਾਨੂੰ ਇੰਨਾ ਬਜਟ ਦੇਵਾਂਗੇ, ਤੁਸੀਂ ਕਰ ਲਓ ਕੰਮ। ਹਾਂ, ਜਿਹੜੇ ਸਫਾਈ ਹੈ ਨਦੀਆਂ ਰਜਵਾਹਿਆਂ ਦੀ, ਇਹ ਵੀ ਟਾਈਮ ਹੈ ਅਪ੍ਰੈਲ ਮਈ ਦੇ ਵਿੱਚ ਹੀ ਹੋਊਗਾ, ਅਪ੍ਰੈਲ ਮਈ ਜੂਨ ਦਾ 15। ਉਹ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਬਜਟ ਕਿੰਨਾ ਮਿਲੂਗਾ, ਅਸੀਂ ਪਹਿਲਾਂ ਹੀ ਦੇਤਾ ਤਾਂ ਕਿ ਸ਼ੁਰੂ ਕਰ ਲੈ। ਸੋ ਮੋਸਟ ਐਡਵਾਂਸਡ ਸਰਕਾਰ ਹੈ ਦੇਸ਼ ਦੀ, ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਦੇਣ ਦੀਆਂ ਖੁਸ਼ਖਬਰੀਆਂ ਮਿਲਦੀਆਂ ਰਹਿਣਗੀਆਂ। ਔਰ SSPs ਨਾਲ ਪਹਿਲਾਂ ਮੀਟਿੰਗ ਹੋ ਗਈ, DCs ਨਾਲ ਹੋ ਗਈ, ਹਰ ਪੱਧਰ ਦੇ ਅਧਿਕਾਰੀ ਨੂੰ ਅਸੀਂ ਇਹੀ ਆਰਡਰ ਦਿੱਤਾ ਹੋਇਆ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ, ਇਹਨੂੰ ਵਰਤਣਾ। ਜੇ ਕੋਈ ਕੁਰਸੀ 'ਤੇ ਕੰਮ ਕਰਨਾ ਨਹੀਂ ਚਾਹੁੰਦਾ ਤਾਂ ਉਹ ਕਿਰਪਾ ਕਰਕੇ ਆਪਣੀ ਕੁਰਸੀ ਛੱਡ ਸਕਦਾ, ਅਤੇ ਉਹਨੂੰ ਇੱਥੇ ਕੋਈ ਰੈਸਟ ਚੇਅਰ ਹੋਰ ਕੋਈ ਲੈਣੀ ਹੈ ਆਰਾਮ ਕਰਨ ਵਾਲੀ ਤਾਂ ਉਹ ਵੀ ਦੇ ਦਾਂਗੇ। ਸਾਡੇ ਕੋਲ ਅਫਸਰਾਂ ਦੀ ਜਾਂ ਸੱਚੀ ਨੀਤ ਵਾਲੇ ਜਿਹੜੇ ਅਫਸਰ ਨੇ ਉਹਨਾਂ ਦੀ ਘਾਟ ਨਹੀਂ ਹੈਗੀ, ਅਤੇ ਨੌਜਵਾਨ ਬਹੁਤ ਟੈਲੈਂਟਡ ਨੇ, ਆਉਣ ਵਾਲੇ ਦਿਨਾਂ 'ਚ ਨੌਕਰੀਆਂ ਦਾ ਸਿਲਸਿਲਾ ਵੀ ਜਾਰੀ ਰਹੇਗਾ। ਉਹੀ ਤਾਂ ਕਰ ਰਿਹਾ ਜੀ, ਇਹ ਪਹਿਲਾਂ ਦੀ ਹੈ ਨਾ, ਮੈਂ ਵੀ ਪਾਰਲੀਮੈਂਟ 'ਚ ਉਠਾਇਆ ਸੀ। ਸੋ 2 ਸਾਲ ਹਜੇ ਹੋਏ ਨਹੀਂ ਸਾਨੂੰ, ਅਤੇ ਹੁਣ ਕੋਈ ਵੀ ਸਕੂਲ ਟੀਚਰਾਂ ਤੋਂ ਬਿਨਾਂ ਕੋਈ ਪੋਸਟ ਨਹੀਂ ਖਾਲੀ ਰਹੂਗੀ, ਬਲਕਿ ਟੀਚਰਸ ਵਾਸਤੇ ਇਹ ਵੀ ਅਸੀਂ ਲਾਗੂ ਕਰ ਰਹੇ ਹਾਂ ਕਿ ਉਹ ਨੌਨ ਟੀਚਿੰਗ ਕੰਮ ਨਹੀਂ ਕਰਨਗੇ, ਇਕੱਲਾ ਪੜ੍ਹਾਉਣਾ ਕੰਮ ਆ ਉਹਨਾਂ ਦਾ। ਜਿਵੇਂ ਕੈਂਪਸ ਮੈਨੇਜਰ ਕੌਣ ਹੈ, ਕੈਂਪਸ ਮੈਨੇਜਰ ਦਾ ਮਤਲਬ ਹੈ ਬਾਥਰੂਮ ਦੀ ਟੂਟੀ ਖਰਾਬ ਹੈ, ਕੋਈ ਪੱਖਾ ਨਹੀਂ ਚੱਲਦਾ, ਕੋਈ ਫਿਊਜ ਉੱਡ ਗਿਆ ਜੀ, ਕੋਈ ਮਿਡ ਡੇ ਮੀਲ ਵਾਲਾ ਕੋਈ ਪੰਗਾ ਹੈ, ਇਹ ਕੰਮ ਕੈਂਪਸ ਮੈਨੇਜਰ ਦਾ ਹੈ। ਅਦਰਵਾਈਜ਼ ਹੁਣ ਇਹ ਕੰਮ ਹੈੱਡ ਮਾਸਟਰ ਕਰ ਰਹੇ ਨੇ, ਪ੍ਰਿੰਸੀਪਲ ਕਰ ਰਹੇ ਨੇ, ਹੁਣ ਉਹਨਾਂ ਨੂੰ ਨੌਨ ਟੀਚਿੰਗ ਕੰਮਾਂ ਵੱਲ ਜ਼ਿਆਦਾ ਧਿਆਨ ਦੇਣਾ ਪੈ ਰਿਹਾ। ਸੋ ਆਉਣ ਵਾਲੇ ਦਿਨਾਂ 'ਚ ਇਸੇ ਕੰਪਨੀ ਦੀ ਰਿਪੋਰਟ ਜਿਹੜੀ ਹੈ ਉਹ ਕਾਫੀ ਉੱਪਰ ਆਊਗੀ। ਜਾਣਕਾਰੀ ਮਿਲਦੀ ਸੀ ਇੱਕ ਦੋ ਦਿਨਾਂ ਦੇ ਵਿੱਚ
ਨਹੀਂ, ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ। ਹਾਂ ਕਿਉਂਕਿ ਤਾਂ ਉਹਦਾ ਸਾਹਮਣੇ ਵੀਡੀਓ ਪਈ ਹੈ ਜੀ, 3 ਹਫ਼ਤੇ 'ਚ ਕੀ ਰਿਪੋਰਟ ਦੇਣੀ ਹੈ ਜੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਨੇ, ਉਹ ਤਾਂ ਸਿੱਧਾ ਗਿਣੀ ਜਾਂਦਾ ਤੇ ਪੁੱਛੋ ਜੀ। ਅਸੀਂ ਸੁਪਰੀਮ ਕੋਰਟ 'ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ, ਪਰ ਕੋਈ ਧਰਨੇ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਕੋਈ ਏਦਾਂ ਦਾ ਕੋਈ ਉਹ ਆਪਦਾ ਕੰਮ ਕਰੀ ਜਾਂਦੇ, ਅਸੀਂ ਆਪਣਾ ਕੰਮ ਕਰੀ ਜਾਂਦੇ। ਕਿਵੇਂ ਮੈਂ ਸਮਝਿਆ ਨੀ, ਇਹ ਤਾਂ ਹੁਣ ਦੇਖੋ ਜੀ ਜੁਡੀਸ਼ਰੀ ਹੈ, ਇਹ ਤਾਂ ਉਹ ਬੈਂਚ ਨੇ ਸੁਣਨਾ ਤੇ ਜੋ ਉਹਨਾਂ ਨੇ 3 ਹਫ਼ਤੇ ਟਾਈਮ ਦਿੱਤਾ ਸੀ, ਅਸੀਂ ਮਾਨਯੋਗ ਉੱਚ ਅਦਾਲਤ ਚ ਜਾਵਾਂਗੇ। ਮੈਨੂੰ ਸਾਨੂੰ ਉਮੀਦ ਹੈ ਕਿ ਘੱਟੋ ਘੱਟ ਜੋ ਕੱਲ ਹੋਇਆ ਉਹ ਡੈਮੋਕ੍ਰੇਸੀ ਦੀ ਜਿਹੜੀ ਹੱਤਿਆ ਸਾਹਮਣੇ ਸਾਰਿਆਂ ਦੇ ਹੋਈ ਹੈ ਔਰ ਵੀਡੀਓ ਚ ਆਈ ਹੈ, ਹੁੰਦਾ ਤਾਂ ਪਹਿਲਾਂ ਤੋਂ ਰਿਹਾ ਇਹਨਾਂ ਦੇ ਰਾਜ ਚ ਪਰ ਕੱਲ ਵੀਡੀਓ ਬਣ ਗਈ, ਉੱਥੇ ਫਸ ਗਏ ਥੋੜਾ ਜਿਹਾ। ਤੋ ਇਸ ਕਰਕੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਸਾਡਾ ਸਭ ਦਾ ਫਰਜ਼ ਬਣਦਾ ਕਿ ਡੈਮੋਕ੍ਰੇਸੀ ਨੂੰ ਬਚਾਉਣ ਲਈ ਅਸੀਂ ਆਪਣੀ ਐਫਰਟਸ ਕਰੀਏ। ਹਾਂਜੀ, ਨਹੀਂ ਕੋਈ ਮੀਟਿੰਗ ਨਹੀਂ ਜੀ। ਅੱਜ ਦੇਖੋ ਕੱਲ ਨੂੰ ਦੇਸ਼ ਦਾ ਬਜਟ ਆ ਰਿਹਾ, ਦੇਖਦੇ ਹਾਂ ਸਾਡੇ ਪੰਜਾਬ ਦਾ ਕਿੰਨਾ ਕੁ, ਵੈਸੇ ਤਾਂ ਸਾਡੇ ਤਾਂ ਪਹਿਲਾਂ ਵਾਲੇ ਨੀ ਪੈਸੇ ਦੇ ਰਹੇ ਉਹਨਾਂ ਤੋਂ, ਨਵੀਂ ਉਮੀਦ ਕੀ ਕਰੀਏ, ਕੀ ਰੱਖਦੇ ਆ ਪੰਜਾਬ ਲਈ। ਫਿਰ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਹਿਸਾਬ ਨਾਲ ਬਣਾ ਕੇ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਵੀ ਬਜਟ ਸੈਸ਼ਨ ਜਿਹੜਾ ਉਹ ਜਲਦੀ ਆ ਜਾਵੇ। ਸੋ 2 ਸਾਲ ਹਜੇ ਹੋਏ ਨਹੀਂ ਸਾਨੂੰ ਤੇ ਹੁਣ ਕੋਈ ਵੀ ਸਕੂਲ ਟੀਚਰਾਂ ਤੋਂ ਬਿਨਾਂ ਕੋਈ ਪੋਸਟ ਨਹੀਂ ਖਾਲੀ ਰਹੂਗੀ, ਬਲਕਿ ਟੀਚਰਸ ਵਾਸਤੇ ਇਹ ਵੀ ਅਸੀਂ ਲਾਗੂ ਕਰ ਰਹੇ ਹਾਂ ਕਿ ਉਹ ਨਾਨ ਟੀਚਿੰਗ ਕੰਮ ਨਹੀਂ ਕਰਨਗੇ, ਇਕੱਲਾ ਪੜ੍ਹਾਉਣਾ ਕੰਮ ਆ ਉਹਨਾਂ ਦਾ। ਜਿਵੇਂ ਕੈਂਪਸ ਮੈਨੇਜਰ ਕੌਣ ਹੈ, ਕੈਂਪਸ ਮੈਨੇਜਰ ਦਾ ਮਤਲਬ ਹੈ ਬਾਥਰੂਮ ਦੀ ਟੂਟੀ ਖਰਾਬ ਹੈ, ਕੋਈ ਪੱਖਾ ਨਹੀਂ ਚੱਲਦਾ, ਕੋਈ ਫਿਊਜ ਉੱਡ ਗਿਆ ਜੀ, ਕੋਈ ਮਿਡ ਡੇ ਮੀਲ ਵਾਲਾ ਕੋਈ ਪੰਗਾ ਹੈ, ਇਹ ਕੰਮ ਕੈਂਪਸ ਮੈਨੇਜਰ ਦਾ ਹੈ। ਅਦਰਵਾਈਜ਼ ਹੁਣ ਇਹ ਕੰਮ ਹੈੱਡ ਮਾਸਟਰ ਕਰ ਰਹੇ ਨੇ, ਪ੍ਰਿੰਸੀਪਲ ਕਰ ਰਹੇ ਨੇ, ਉਹਨਾਂ ਨੂੰ ਨਾਨ ਟੀਚਿੰਗ ਕੰਮਾਂ ਵੱਲ ਜ਼ਿਆਦਾ ਧਿਆਨ ਦੇਣਾ ਪੈ ਰਿਹਾ। ਸੋ ਆਉਣ ਵਾਲੇ ਦਿਨਾਂ 'ਚ ਇਸੇ ਕੰਪਨੀ ਦੀ ਰਿਪੋਰਟ ਜਿਹੜੀ ਹੈ ਉਹ ਕਾਫੀ ਉੱਪਰ ਆਊਗੀ।